नमस्कार जी, मैं हाँ सुखविंदर सिंह सिद्धू, जाना लोक नाद टीवी का विशेष प्रोग्राम खबर सवेर देख रहे सारे दर्शकों का स्वागत। प्रोग्राम के लैके हाजिर हाँ पंजाब और भारत की सियासत जुड़ियां कुछ बड़ियां अहम खबरां। सब तो पहला गलबात नवजोत सिंह सिद्धू नूं लैके। नवजोत सिंह सिद्धू नूं लैके एक बार फिर कांग्रेस हाई कमान जिहड़ी है जेल तो बाहर आने तो पहला वड्डा फैसला लैण जा रही है, लै सकती है। की फैसला, की कुछ गलबात उधर प्रियंका गांधी दे नाल? नवजोत सिंह सिद्धू कित्थे जाणगे उसते भी जिहड़ी आ गलबात करांगे। नाल ही नाल गलबात करांगे कि जम्मू कश्मीर दे विच जिहड़ी है वो यात्रा पहुंचण तों पहलां जिहड़ी है एक वड्डा बंब धमाका हो चुक्या है। की कुछ मामला है, की कुछ खबर है, इस ते गलबात जिहड़ी आ उह करांगे। नाल ही नाल गलबात करांगे कि राम रहीम पैरोल दे उपर जेल तों बाहर आ गया है अते उस नूं लै के सियासत पूर्ण तरीके दे नाल गरमा चुकी है, जिथे वक्ख वक्ख जथेबंदियां इस पैरोल नूं गलत दस रहियां ने। उथे राम रहीम दे वल्लों अपना केस जिहड़ा पंजाब तों बाहर ले जाण दी गलबात कीती गई है कि अजिहे ते इंसाफ मिलेगा जां नहीं मिलेगा, जथेबंदियां की कहणगियां, सरकार दा की फैसला होगा, कि वाकई राम रहीम दा केस बाहर चल जाऊगा, जे बाहर चला गया तां कि बेअदबी दा इंसाफ मिलेगा जां नहीं मिलेगा, सारियां खबरां ते विस्तार पूर्वक चर्चा। उधर सुखबीर सिंह बादल दे वल्लों भी 24 मैंबरी बोर्ड जिहड़ा पंथक बोर्ड एडवाइजरी जिहड़ा उह जारी कर दित्ता गया है, इहदा की जिहड़ा फायदा होगा सुखबीर बादल नूं, अकाली दल नूं, गलबात इस ते करांगे। सारियां खबरां ते विस्तार पूर्वक चर्चा दे लई मेरे नाल जुड़े है प्रोफेसर मनजीत सिंह अणखी साहब। सब तों पहला स्वागत करदे हां अणखी साहब, स्वागत है जी प्रोग्राम दे विच। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਅਣਖੀ ਸਾਹਿਬ, ਨਵਜੋਤ ਸਿੰਘ ਸਿੱਧੂ ਦੇ ਜਿਹੜਾ ਜੇਲ੍ਹ ਤੋਂ ਬਾਹਰ ਆਉਣ ਤੋਂ ਪਹਿਲਾਂ ਵੱਡੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਅੱਜ 22 ਤਰੀਕ ਹੋ ਗਈ ਹੈ, 23, 24 ਤੇ 25, 3 ਦਿਨ ਜਿਹੜੇ ਉਹ ਬਾਕੀ ਰਹਿ ਗਏ ਹੈ, ਔਰ 26 ਨੂੰ ਜਿਹੜਾ ਨਵਜੋਤ ਸਿੰਘ ਸਿੱਧੂ 11-12 ਵਜਦੇ ਨੂੰ ਕਹਿੰਦੇ ਕਿ ਜੇਲ੍ਹ ਤੋਂ ਬਾਹਰ ਹੋਣਗੇ, ਤੇ ਪਤਾ ਇਹ ਲੱਗਿਆ ਹੈ ਕਿ ਸ਼੍ਰੀਨਗਰ ਦੇ ਵਿੱਚ ਕਹਿੰਦੇ ਪ੍ਰਿਯੰਕਾ ਗਾਂਧੀ ਦੇ ਨਾਲ ਜਾਣਗੇ। ਪ੍ਰਿਯੰਕਾ ਗਾਂਧੀ ਦੇ ਨਾਲ ਪੰਜਾਬ ਦੀਆਂ ਕਈ ਰੈਲੀਆਂ ਦੇ ਵਿੱਚ ਵੀ ਉਹਨਾਂ ਦੇ ਹੈਲੀਕਾਪਟਰ ਦੇ ਵਿੱਚ ਸ਼ਿਰਕਤ ਕਰਦੇ ਰਹੇ ਹੈ, ਔਰ ਜੇ ਇਹ ਗੱਲ ਹੁੰਦੀ ਹੈ, ਜੇ ਇੱਕ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਭੇਜਿਆ ਔਰ ਉਹ ਉੱਥੇ ਜਾਂਦੇ ਆ, ਇੱਕ ਹੁੰਦਾ ਕਿ ਨਾਲ ਲੈ ਕੇ ਜਾਣਾ ਹਾਈਕਮਾਨ ਦੇ ਵੱਲੋਂ, ਪ੍ਰਿਯੰਕਾ ਗਾਂਧੀ ਦੇ ਵੱਲੋਂ ਨਾਲ ਲੈ ਕੇ ਜਾਣਾ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਔਰ ਪਤਾ ਇਹ ਵੀ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਦਾ ਬਾਹਰ ਆਉਣ ਦਾ ਜਿਹੜਾ ਪ੍ਰੋਗਰਾਮ ਹੈ 26 ਜਨਵਰੀ ਨੂੰ, ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਈਕਮਾਨ ਕਹਿੰਦੇ ਤੇ ਫੈਸਲਾ ਲੈ ਸਕਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਰਿਹਾਈ ਦੇ ਪ੍ਰੋਗਰਾਮ ਨੂੰ ਪਾਰਟੀ ਇਵੈਂਟ, ਪਾਰਟੀ ਪ੍ਰੋਗਰਾਮ ਬਣਾਉਣ ਦੀ ਵੀ ਤਿਆਰੀ ਕਹਿੰਦੇ ਹੋ ਸਕਦੀ ਹੈ। ਕਿਵੇਂ ਦੇਖਦੇ ਹੋ ਜਿਸ ਤਰੀਕੇ ਦੀ ਤਰਜੀਹ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾ ਰਹੀ ਹੈ? ਇੱਕ ਤਾਂ ਪ੍ਰਿਯੰਕਾ ਗਾਂਧੀ ਦਾ ਫੈਸਲਾ ਕਿ ਮੈਂ ਉਹਨੂੰ ਨਾਲ ਲੈ ਕੇ ਜਾਣਾ, ਤੇ ਦੂਜਾ ਜਿਹੜਾ ਨਵਜੋਤ ਸਿੱਧੂ ਦੀ ਰਿਹਾਈ ਦਾ ਫੈਸਲਾ, ਜਿਹੜਾ ਸਿਰਫ ਇੱਕ ਨਵਜੋਤ ਸਿੱਧੂ ਦੀ ਰਿਹਾਈ ਦੇ ਲਈ ਜਾਂ ਉਹਨਾਂ ਦੇ ਧੜੇ ਦੇ ਲਈ ਕੀਤਾ ਜਾ ਰਿਹਾ ਸੀਗਾ, ਪਰ ਹੁਣ ਪਤਾ ਲੱਗਿਆ ਕਿ ਹਾਈਕਮਾਨ ਫੈਸਲਾ ਲੈ ਸਕਦੀ ਹੈ, ਇਸ ਨੂੰ ਪਾਰਟੀ ਪ੍ਰੋਗਰਾਮ ਬਣਾਇਆ ਜਾ ਸਕਦਾ ਆਉਣ ਵਾਲੇ ਦਿਨਾਂ 'ਚ। ਕਿਵੇਂ ਦੇਖਦੇ ਹੋ ਤੁਸੀਂ? ਆ ਸੁਖਵਿੰਦਰ ਜੀ, ਬੜੀ ਮਹੱਤਵਪੂਰਨ ਖਬਰ ਹੈ ਆ ਜਿਹੜੀ ਪ੍ਰਿਯੰਕਾ ਗਾਂਧੀ ਔਰ ਨਵਜੋਤ ਸਿੰਘ ਸਿੱਧੂ ਦੇ ਇਕੱਠੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੀ, ਪਰ ਉਸ ਤੋਂ ਪਹਿਲਾਂ ਜਿਹੜੀ ਖਾਸ ਖਬਰ ਆ ਉਹਦੇ ਉੱਤੇ ਚਰਚਾ ਇਹ ਕਰਨੀ ਬਣਦੀ ਹੈ ਸੁਖਵਿੰਦਰ ਜੀ, ਕਿ ਜਦੋਂ 26 ਜਨਵਰੀ ਨੂੰ ਨਵਜੋਤ ਸਿੱਧੂ ਬਾਹਰ ਆਉਣਗੇ, ਜਿਸ ਤਰੀਕੇ ਨਾਲ ਆਮ ਅਸੀਂ ਚਰਚਾਵਾਂ ਪਹਿਲਾਂ ਕਰ ਚੁੱਕੇ ਹਾਂ ਕਿ ਉਹਨਾਂ ਦੇ ਧੜੇ ਵੱਲੋਂ ਬਹੁਤ ਵੱਡਾ ਇੱਕ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾਣਾ, ਉਹਨਾਂ ਦੇ ਹੱਕ ਦੇ ਵਿੱਚ ਸਵਾਗਤੀ ਪ੍ਰੋਗਰਾਮ ਜਿਹੜਾ ਤਿਆਰ ਆ, 1,000 ਗੱਡੀਆਂ ਦਾ ਕਾਫਲਾ, ਉਹਦੇ ਪਿੱਛੇ ਸਟੀਕਰ, ਅਸੀਂ ਅੱਗੇ ਉਹਦੇ ਸੰਬੰਧੀ ਗੱਲ ਕਰ ਚੁੱਕੇ ਹਾਂ। ਪਰ ਜਿਹੜੀ ਹੁਣ ਨਵੀਂ ਡਿਵੈਲਪਮੈਂਟ ਉਸ ਸੰਬੰਧ ਵਿੱਚ ਸੁਖਵਿੰਦਰ ਜੀ ਸਾਹਮਣੇ ਆਈ ਹੈ ਉਹ ਇਹ ਆਈ ਹੈ ਕਿ ਜਿਹੜੀ ਕੇਂਦਰ ਦੀ ਕਾਂਗਰਸ ਹਾਈ ਕਮਾਂਡ ਆ ਇਸ ਪ੍ਰੋਗਰਾਮ ਨੂੰ ਇੱਕ ਈਵੈਂਟ ਦੇ ਤੌਰ ਤੇ ਲੈਣਾ ਚਾਹੁੰਦੀ ਹੈ ਜਾਂ ਲੈ ਰਹੀ ਹੈ, ਜੋ ਸੰਭਾਵਨਾਵਾਂ ਨੇ ਜਾਂ ਜੋ ਖਬਰਾਂ ਸਾਡੇ ਤੱਕ ਪਹੁੰਚੀਆਂ ਨੇ। ਉਸਦੇ ਅਨੁਸਾਰ ਪਾਰਟੀ ਪ੍ਰੋਗਰਾਮ ਇੱਕ ਅਜਿਹੇ ਰੂਪ ਚ ਲਿਖਿਆ ਜਾ ਸਕਦਾ ਕਿ ਜਦੋਂ ਨਵਜੋਤ ਸਿੱਧੂ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈਗੀ ਆ, ਜਿਹਨਾਂ ਦੇ ਵਿੱਚ ਅਸੀਂ ਮੰਨ ਸਕਦੇ ਹਾਂ ਕਿ ਕੇ ਵੇਨੂੰ ਪ੍ਰਸ਼ਾਦ ਹੋ ਸਕਦੇ ਆ ਜਾਂ ਦੂਸਰੇ ਬੰਨੇ ਪ੍ਰਿਯੰਕਾ ਗਾਂਧੀ ਹੋ ਸਕਦੇ ਆ ਕਿ ਬਾਹਰ ਪਟਿਆਲਾ ਜਿਹੜੀ ਜੇਲ੍ਹ ਆ ਉਸ ਤੇ ਗੇਟ ਤੇ ਉਹਨਾਂ ਦੇ ਸਵਾਗਤ ਵਾਸਤੇ ਉੱਥੇ ਉਹ ਖੜੇ ਹੋਣ। ਤਾਂ ਸੁਖਵਿੰਦਰ ਜੀ, ਇਹ ਆਪਣੇ ਆਪ ਦੇ ਵਿੱਚ ਹੀ ਬੜਾ ਵੱਡਾ ਇੱਕ ਮੈਸੇਜ ਸੁਨੇਹਾ ਹੋਵੇਗਾ, ਖਾਸ ਤੌਰ ਤੇ ਉਹਨਾਂ ਨੇਤਾਵਾਂ ਵਾਸਤੇ ਜਿਹੜੇ ਪੰਜਾਬ 'ਚ ਰਹਿ ਕੇ ਨਵਜੋਤ ਸਿੱਧੂ ਦੀ ਵਿਰੋਧ ਤਾਂ ਬੀਤੇ ਦੌਰ 'ਚ ਕਰਦੇ ਰਹੇ ਆ ਤੇ ਅੱਜ ਵੀ ਬੀਤੇ ਦਿਨ ਵੀ ਕੀਤੀ, ਤੇ ਸ਼ਾਇਦ ਉਹਨਾਂ ਉਹ ਤਾਂ ਨਾ ਪਹੁੰਚਣ, ਹੋ ਸਕਦਾ ਕਿ ਉਹ ਤਾਂ ਨਾ ਪਹੁੰਚਣ, ਪਰ ਗੱਲ ਇਹ ਹੈ ਕਿ ਪਾਰਟੀ ਪੱਧਰ ਦੇ ਉੱਪਰ ਸੁਨੇਹੇ ਜਿਹੜੇ ਜ਼ਰੂਰ ਲੱਗ ਸਕਦੇ ਆ ਪੀਪੀਸੀ ਨੂੰ, ਪੰਜਾਬ ਕਾਂਗਰਸ ਨੂੰ ਇਹ ਹਦਾਇਤ ਜਿਹੜੀ ਆ ਮਿਲ ਸਕਦੀ ਹੈ ਕਿ ਇਸ ਨੂੰ ਪਾਰਟੀ ਫੰਕਸ਼ਨ ਬਣਾਓ।
ਬਿਲਕੁਲ ਹੋ ਸਕਦਾ, ਪਰ ਜੋ ਜਾਣਕਾਰੀ ਸੁਖਵਿੰਦਰ ਜੀ ਮੇਰੇ ਤੱਕ ਪਹੁੰਚੀ ਸੀ, ਮੈਂ ਉਹਦੇ ਅਨੁਸਾਰ ਗੱਲ ਕੀਤੀ ਕਿ ਕੇਂਦਰ ਦੇ ਜਿਹੜੀ ਕਾਂਗਰਸ ਹਾਈ ਕਮਾਂਡ ਦੇ ਕੁਝ ਨੇਤਾ ਨੇ ਉਹ ਸ਼ਾਇਦ ਮੌਕੇ ਤੇ ਜ਼ਰੂਰ ਪਹੁੰਚਣ, ਕਿਉਂਕਿ ਇਸ ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਉਹ ਉਲੀਕ ਰਹੇ ਆ। ਬਾਕੀ ਪਾਰਟੀ ਹਾਈਕਮਾਂਡ ਵੱਲੋਂ ਜਿਹੜੇ ਪੰਜਾਬ ਸਰਕਾਰ ਪੰਜਾਬ ਕਾਂਗਰਸ ਆ, ਕੁਦਰਤੀ ਤੌਰ 'ਤੇ ਇਹਨਾਂ ਨੂੰ ਵੀ ਹਦਾਇਤਾਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ ਕਿ ਇਸ ਨੂੰ ਪਾਰਟੀ ਪੱਧਰ 'ਤੇ ਤੁਸੀਂ ਅਜਿਹਾ ਪ੍ਰੋਗਰਾਮ ਉਲੀਕੋ ਕਿ ਜਿਹਦੇ ਨਾਲ ਇੱਕ ਚੰਗਾ ਪ੍ਰਭਾਵ ਜਾਵੇ, ਕਿਉਂਕਿ ਨਵਜੋਤ ਸਿੱਧੂ ਜੇਲ੍ਹ ਦੇ ਵਿੱਚੋਂ ਕਿਸੇ ਕਤਲ ਕੇਸ 'ਚ ਕਿਸੇ ਅਜਿਹੇ ਗੰਭੀਰ ਮੁੱਦੇ 'ਤੇ ਸਾਹਮਣੇ ਨਹੀਂ ਆ ਰਿਹਾ, ਬਲਕਿ ਇੱਕ ਉਸ ਕੇਸ ਦੇ ਵਿੱਚ ਆ ਰਿਹਾ ਕਿ ਜਿਹੜਾ ਅਸੀਂ ਕਹਿ ਸਕਦੇ ਕਿ ਹੋਰ ਤਰੀਕੇ ਦਾ ਕੇਸ ਸੀ, ਤਾਂ ਉਸ ਸੰਬੰਧ ਦੇ ਵਿੱਚ ਕੁਦਰਤੀ ਤੌਰ 'ਤੇ ਪਾਰਟੀ ਇਹ ਚਾਹੇਗੀ ਕਿ ਨਵਜੋਤ ਸਿੱਧੂ ਜਦੋਂ ਬਾਹਰ ਆਉਣ ਤਾਂ ਪਹਿਲਾਂ ਤਾਂ ਇਹ ਆ ਕਿ ਕਾਂਗਰਸ ਜਿਹੜੀ ਪੰਜਾਬ ਕਾਂਗਰਸ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਧੜੇਬੰਦੀ ਹੁਣ ਨਜ਼ਰ ਆ ਰਹੀ ਆ ਉਹ ਖਤਮ ਹੁੰਦੀ ਦਿਖਾਈ ਦੇਵੇ, ਅਤੇ ਵਿਰੋਧੀ ਪਾਰਟੀਆਂ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਕਿ ਕਾਂਗਰਸ ਦੇ ਸਮੀਕਰਨ ਪੰਜਾਬ ਦੇ ਵਿੱਚ ਬਦਲ ਸਕਦੇ ਆ ਜਾਂ ਕੁਝ ਵੀ ਹੋ ਸਕਦਾ। ਸੋ ਇਸ ਕਰਕੇ ਪਾਰਟੀ ਜਿਹੜੀ ਕਾਂਗਰਸ ਦੀ ਹਾਈਕਮਾਨ ਆ ਉਹ ਇਸ ਪੱਧਰ 'ਤੇ ਇਸ ਰਹਾਈ ਨੂੰ ਜਿਹੜੀ ਲੈ ਕੇ ਗੰਭੀਰ ਹੈਗੀ ਆ ਕਿ ਇਹੋ ਜਿਹਾ ਪ੍ਰੋਗਰਾਮ ਜਿਹੜਾ ਉਹ ਲਿਖ ਦਿੱਤਾ ਜਾਵੇ। ਹੁਣ ਦੂਜਾ ਜਿਹੜਾ ਪ੍ਰਸ਼ਨ ਆ ਸੁਖਵਿੰਦਰ ਜੀ, ਉਹ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈਗਾ। ਮਹੱਤਵਪੂਰਨ ਇਸ ਕਰਕੇ ਆ ਸੁਖਵਿੰਦਰ ਜੀ ਕਿ ਇੱਕ ਪਾਸੇ ਜਦੋਂ ਰਾਹੁਲ ਗਾਂਧੀ ਪੰਜਾਬ ਵਿੱਚ ਭਾਰਤ ਜੋੜੋ ਦੇ ਆਖਰੀ ਮੋੜ ਦੇ ਉੱਤੇ ਪਠਾਨਕੋਟ ਵਿੱਚ ਆਪਣੀ ਪ੍ਰੈਸ ਕਾਨਫਰੰਸ ਜਾਂ ਰੈਲੀ ਕਰਦੇ ਆ, ਤਾਂ ਉੱਥੇ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਰਾਜਾ ਵੜਿੰਗ ਬਹੁਤ ਕੁਝ ਅਜਿਹਾ ਬੋਲਦੇ ਆ ਕਿ ਜਿਹੜੇ ਇਨਡਾਇਰੈਕਟਲੀ ਵੇ ਦੇ ਨਾਲ ਕਿਤੇ ਨਾ ਕਿਤੇ ਨਵਜੋਤ ਸਿੱਧੂ ਤੇ ਵਾਰ ਕਰਦੇ ਮਹਿਸੂਸ ਹੁੰਦੇ ਆ, ਪੈਰਾਸ਼ੂਟ ਰਾਹੀਂ ਉਤਰੇ ਬਾਹਰੋਂ ਆਏ ਜੇ ਵੋ ਇਹੋ ਜਿਹੀਆਂ ਚੀਜ਼ਾਂ ਦੀ ਗੱਲ ਕਰਦੇ ਆ। ਤਾਂ ਉਸ ਤੋਂ ਮਗਰੋਂ ਇੱਕ ਡਿਵੈਲਪਮੈਂਟ ਜਿਹੜੀ ਆ ਬੜੀ ਮਹੱਤਵਪੂਰਨ ਡਿਵੈਲਪਮੈਂਟ ਉਹ ਇਹ ਹੁੰਦੀ ਆ ਕਿ ਇੱਕ ਪਾਸੇ ਤਾਂ ਪੰਜਾਬ ਕਾਂਗਰਸ ਦੇ ਨੇਤਾ ਇਹ ਕਹਿ ਰਹੇ ਆ ਕਿ ਇਹਨਾਂ ਨੇਤਾਵਾਂ ਨੂੰ ਅੱਗੇ ਨਹੀਂ ਆਉਣਾ ਚਾਹੀਦਾ, ਬਾਹਰ ਕੱਢ ਦਿਓ, ਇਹ ਕਰ ਦਿਓ, ਹਾਲਾਂਕਿ ਨਾਮ ਨਹੀਂ ਲਿਆ ਉਹਨਾਂ ਨੇ, ਇਹ ਗੱਲ ਕਲੀਅਰ ਕਰਦਾ, ਪਰ ਟਾਰਗੇਟ ਉਹ ਇਹ ਕਰ ਰਹੇ ਆ। ਪਰ ਦੂਜੇ ਪਾਸੇ ਕਾਂਗਰਸ ਦੇ ਜਿਹੜੇ ਜਨਰਲ ਸਕੱਤਰ ਨੇ ਕੇ ਵੇਣੂ ਪ੍ਰਸ਼ਾਦ ਉਹ ਇੱਕ ਚਿੱਠੀ ਜਾਰੀ ਕਰਦੇ ਆ ਆਪਣੇ ਸਾਈਨਾਂ ਹੇਠ ਕਿ ਭਾਈ ਸਾਹਿਬ ਤੁਸੀਂ ਆਓ ਅਤੇ ਉੱਥੇ ਆਣ ਕੇ ਉਹ ਸਟੇਜ ਨੂੰ ਸਾਂਝਾ ਕਰੋ, ਉਹ ਸਟੇਜ ਜਿੱਥੇ ਉਸ ਦਿਨ ਵੱਖ ਵੱਖ ਪਾਰਟੀਆਂ ਦੇ ਲੋਕਾਂ ਨੇ ਵੀ ਪ੍ਰਧਾਨਾਂ ਨੇ ਵੀ ਸ਼ਾਮਿਲ ਹੋਣਾ, ਫਾਰੂਕ ਅਬਦੁੱਲੇ ਵਰਗੇ ਬੰਦਿਆਂ ਨੇ ਵੀ ਸ਼ਾਮਿਲ ਹੋਣਾ। ਤਾਂ ਜੇਕਰ ਉਸ ਤੋਂ ਅਗਲੀ ਡਿਵੈਲਪਮੈਂਟ ਹੋਰ ਆ ਹੋ ਜਾਂਦੀ ਕਿ ਜੋ ਹੁਣ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਕਿ ਪ੍ਰਿਯੰਕਾ ਗਾਂਧੀ ਉਹਨਾਂ ਨੂੰ ਆਪ ਨਾਲ ਲੈ ਕੇ ਉੱਥੇ ਪਹੁੰਚਣਗੇ, ਪ੍ਰਿਯੰਕਾ ਗਾਂਧੀ ਔਰ ਨਵਜੋਤ ਸਿੱਧੂ ਦੇ ਜਿਹੜੇ ਸੰਬੰਧ ਨੇ ਬੀਤੇ ਦੌਰ 'ਚ ਜਿਹੋ ਜਿਹੇ ਰਹੇ ਨੇ ਉਹ ਸਾਰਿਆਂ ਲੋਕਾਂ ਨੂੰ ਪਤਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਾਉਣ ਸਮੇਂ ਪ੍ਰਿਯੰਕਾ ਗਾਂਧੀ ਦੀ ਜਿਹੜੀ ਭੂਮਿਕਾ ਸੀ ਸਭ ਤੋਂ ਜ਼ਿਆਦਾ ਵੇਖਣ ਵਾਲੀ ਸੀ, ਕਿਸ ਤਰੀਕੇ ਨਾਲ ਅਖੀਰ ਤੱਕ ਉਹਨਾਂ ਨੇ ਜ਼ੋਰ ਲਾਇਆ। ਤਾਂ ਉਹੋ ਜਿਹੀ ਸਥਿਤੀ ਦੇ ਵਿੱਚ ਜਦੋਂ ਕਾਂਗਰਸ ਦੀ ਹਾਈਕਮਾਨ ਦੇ ਰੂਪ ਦੇ ਵਿੱਚ ਤਕੜੇ ਪਿੱਲਰ ਜਿਹੜੇ ਨੇ ਪ੍ਰਿਯੰਕਾ ਗਾਂਧੀ, ਉਹ ਰਾਹੁਲ ਗਾਂਧੀ ਦੀ ਉਸ ਰੈਲੀ ਦੇ ਵਿੱਚ ਭਾਰਤ ਜੋੜੋ ਯਾਤਰਾ ਦੇ ਆਖਰੀ ਮੁਹਾਜ ਦੇ ਉੱਤੇ ਨਵਜੋਤ ਸਿੱਧੂ ਨੂੰ ਲੈ ਕੇ ਪਹੁੰਚਦੇ ਆ ਉਸ ਸਟੇਜ ਦੇ ਉੱਤੇ ਜਿੱਥੇ ਵੱਖ ਵੱਖ ਪਾਰਟੀਆਂ ਦੇ ਨੇਤਾ ਮੌਜੂਦ ਹੋਣਗੇ ਭਾਰਤ ਦੀਆਂ, ਤਾਂ ਕੁਦਰਤੀ ਤੌਰ 'ਤੇ ਫਿਰ ਨਵਜੋਤ ਸਿੱਧੂ ਦਾ ਕੱਦ ਜਿਹੜਾ ਉਹ ਇੱਕ ਕੌਮੀ ਨੇਤਾ ਦੇ ਰੂਪ ਵਿੱਚ ਉਭਾਰਨ ਦੀ ਕੋਸ਼ਿਸ਼ ਜਿਹੜੀ ਹੈ ਮੈਨੂੰ ਲੱਗਦਾ ਕਿ ਕਾਂਗਰਸ ਹਾਈਕਮਾਨ ਵੱਲੋਂ ਕੀਤੀ ਜਾ ਰਹੀ ਹੈ। ਤਾਂ ਉਸ ਵਕਤ ਫਿਰ ਪੰਜਾਬ ਕਾਂਗਰਸ ਦੀ ਜਿਹੜੀ ਸਥਿਤੀ ਆ, ਜਿਹੜੇ ਪੰਜਾਬ ਕਾਂਗਰਸ ਦੇ ਉਹ ਅਖੌਤੇ ਮਾਕਰ ਦਾ ਜਿਹੜੇ ਲੀਡਰ ਨੇ ਜਿਹੜੇ ਪ੍ਰਸ਼ਨ ਠੁੰਮਦੇ ਰਹੇ ਨੇ, ਫਿਰ ਉਹਨਾਂ ਦੇ ਚਿਹਰਿਆਂ ਦੇ ਉੱਤੇ ਸਵਾਲ ਜਵਾਬ ਤਾਂ ਜਿਹੜੇ ਪੈਦਾ ਹੋਣਗੇ ਉਹ ਵੀ ਵੇਖਣ ਵਾਲੇ ਹੋਣਗੇ। ਪਰ ਸੁਖਵਿੰਦਰ ਜੀ ਜੋ ਮੈਨੂੰ ਲੱਗ ਰਿਹਾ ਇਹ ਬੜੀ ਇੱਕ ਮਹੱਤਵਪੂਰਨ ਕਵਾਇਦ ਜਿਹੜੀ ਇਹ ਕਾਂਗਰਸ ਹਾਈਕਮਾਨ ਨੇ ਕੀਤੀ ਹੈ, ਪਹਿਲਾਂ ਨਵਜੋਤ ਸਿੱਧੂ ਨੂੰ ਉਸ 30 ਜਨਵਰੀ ਵਾਲੇ ਰੈਲੀ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਦੇਣਾ, ਤੇ ਹੁਣ ਨਵੀਂ ਡਿਵੈਲਪਮੈਂਟ ਇਹ ਕਿ ਉਹਨਾਂ ਨੂੰ ਪ੍ਰਿਯੰਕਾ ਗਾਂਧੀ ਖੁਦ ਲੈ ਕੇ ਉਸ ਸਟੇਜ ਤੇ ਪਹੁੰਚਣਗੇ, ਉਸ ਸਟੇਜ ਜਿੱਥੇ ਵੱਖ ਵੱਖ ਪਾਰਟੀਆਂ ਦੇ ਨੇਤਾ ਹੋਣਗੇ, ਤੇ ਜੇਕਰ ਉੱਥੇ 10 ਮਿੰਟ ਨਵਜੋਤ ਸਿੱਧੂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਤੇ ਫਿਰ ਨਵਜੋਤ ਸਿੱਧੂ ਦੀ ਜਿਹੜੀ ਭੂਮਿਕਾ ਜਾਂ ਕੱਦ ਆ ਸੁਖਵਿੰਦਰ ਜੀ, ਕਾਂਗਰਸ ਹਾਈਕਮਾਨ ਫਿਰ ਮੈਨੂੰ ਜਿੱਥੋਂ ਤੱਕ ਲੱਗਦਾ ਇੱਕ ਸਿੱਖ ਲੀਡਰ ਕੌਮੀ ਪੱਧਰ ਤੇ ਕਾਂਗਰਸ ਦੇ ਵਿੱਚ ਉਭਾਰਨ ਦੇ ਯਤਨਾਂ ਵਿੱਚ ਹੈਗੀ ਹੈ। ਕਿਉਂਕਿ ਹੁਣ ਅਗਰ ਵੇਖਿਆ ਜਾਵੇ ਇਸ ਵੇਲੇ ਕਾਂਗਰਸ ਦੇ ਕੌਮੀ ਪੱਧਰ ਕਾਂਗਰਸ ਦੀ ਜਿਹੜੀ ਕੌਮੀ ਅਸੀਂ ਕਹਿ ਸਕਦੇ ਹਾਂ ਹਾਈਕਮਾਂਡ ਆ ਉਹਦੇ ਵਿੱਚ ਕੋਈ ਵੀ ਇੱਦਾਂ ਦਾ ਸਿੱਖ ਚਿਹਰਾ ਨਹੀਂ ਹੈਗਾ ਜਿਸ ਤਰ੍ਹਾਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਸੀ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸੀ। ਇਹ ਦੋ ਚਿਹਰੇ ਜਿਹੜੇ ਬੜੇ ਮਹੱਤਵਪੂਰਨ ਸਿੱਖ ਚਿਹਰੇ ਕਾਂਗਰਸ ਵਿੱਚ ਡੋਮੀਨੇਟ ਕਰਦੇ ਰਹੇ ਆ। ਅਗਰ ਅੱਜ ਵੇਖਿਆ ਜਾਵੇ ਤਾਂ ਕਾਂਗਰਸ ਦੀ ਹਾਈਕਮਾਂਡ ਦੇ ਵਿੱਚ ਕੋਈ ਵੀ ਇੱਦਾਂ ਦਾ ਸਿੱਖ ਚਿਹਰਾ ਹੈ ਨਹੀਂ ਕਿ ਜਿਹੜਾ ਪੂਰਨ ਤੌਰ 'ਤੇ ਪ੍ਰਭਾਵਸ਼ਾਲੀ ਹੋਵੇ, ਤੇ ਸ਼ਾਇਦ ਇਹਨਾਂ ਹੀ ਯਤਨਾਂ ਕਰਕੇ ਕਾਂਗਰਸ ਹਾਈਕਮਾਨ ਇਹ ਦਾਅ ਖੇਡਣ ਦੇ ਵਿੱਚ ਰੌਂਚ ਹੈਗੀ ਆ ਕਿ ਨਵਜੋਤ ਸਿੱਧੂ ਨੂੰ ਕੌਮੀ ਪੱਧਰ ਦੀ ਜਿਹੜੀ ਕਾਂਗਰਸ ਦੀ ਹਾਈਕਮਾਂਡ ਉਹਦੇ ਵਿੱਚ ਇੱਕ ਅਹਿਮ ਇੱਕ ਸਿੱਖ ਚਿਹਰੇ ਦੇ ਰੂਪ 'ਚ ਪੇਸ਼ ਕੀਤਾ ਜਾਵੇ, ਤਾਂ ਉਸਦਾ ਪ੍ਰਭਾਵ ਪੰਜਾਬ 'ਤੇ ਤਾਂ ਪੈਣਾ ਹੀ ਪੈਣਾ। ਪਰ ਕਾਂਗਰਸ ਜਿਹੜੀ ਆ ਇਸ ਖਿਲਾਫ਼ ਨੂੰ ਭਰ ਕਰਨ ਵਾਸਤੇ ਜਿਹੜਾ ਡਾਕਟਰ ਮਨਮੋਹਨ ਸਿੰਘ 'ਤੇ ਜਾਣ ਤੋਂ ਮਗਰੋਂ
ਜਾਣ ਤੋਂ ਮਗਰੋਂ, ਇਹ ਮਤਲਬ ਨਹੀਂ ਕਿ ਜਹਾਨ ਤੋਂ ਚਲੇ ਗਏ ਨੇ, ਮਤਲਬ ਸਰਗਰਮ ਰਾਜਨੀਤੀ ਤੋਂ ਪਾਸੇ ਹੋ ਚੁੱਕੇ ਨੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਵੀ ਕਾਂਗਰਸ ਦੇ ਵਿੱਚ ਬਹੁਤ ਉੱਚਾ ਰਿਹਾ, ਹੁਣ ਉਹ ਵੀ ਖਿਲਾਅ ਜਿਹੜਾ ਭਰਨ ਵਾਸਤੇ ਕੇਵਲ ਤੇ ਕੇਵਲ ਇੱਕ ਚਿਹਰਾ ਹੀ ਉਹ ਬਚਦਾ, ਉਹ ਚਿਹਰਾ ਪ੍ਰਤਾਪ ਸਿੰਘ ਬਾਜਵਾ ਦੇ ਰੂਪ ਚ ਨਹੀਂ ਹੋ ਸਕਦਾ। ਇਹ ਗੱਲ ਮੈਂ ਕਲੀਅਰ ਕਰਦਾ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਬੇਸ਼ੱਕ ਰਾਜ ਸਭਾ ਦੇ ਮੈਂਬਰ ਜਾਂ ਜੋ ਮਰਜ਼ੀ ਰਹੇ ਨੇ, ਪਰ ਉਹ ਕੱਦ ਉੱਦਾਂ ਹੈ ਨਹੀਂ ਆ ਜਿਹੜਾ ਕਦੇ ਕੈਪਟਨ ਅਮਰਿੰਦਰ ਸਿੰਘ ਜਾਂ ਡਾਕਟਰ ਮਨਮੋਹਨ ਸਿੰਘ ਦੇ ਬਰਾਬਰ ਸੀ। ਉਹ ਨਵਜੋਤ ਸਿੱਧੂ ਦਾ ਜ਼ਰੂਰ ਬਣ ਜਾਂਦਾ, ਕਿਉਂਕਿ ਉਸਦਾ ਪ੍ਰੋਫਾਈਲ ਤੁਸੀਂ ਦੇਖ ਲਓ, ਜਾਂ ਉਸਦੇ ਦੇ ਪ੍ਰੋਫਾਈਲ ਦੇ ਵਿੱਚ ਜੋ ਕੁਝ ਹੋਰ ਜੁੜਿਆ, ਕੌਮਾਂਤਰੀ ਪੱਧਰ ਦੇ ਰਿਲੇਟਡ, ਸ਼ਾਇਦ ਇਸ ਚੀਜ਼ ਨੂੰ ਕੈਸ਼ ਕਰਨ ਵਾਸਤੇ ਜਾਂ ਇਸ ਚੀਜ਼ ਦਾ ਖਿਲਾਅ ਨੂੰ ਭਰਤੀ ਕਰਨ ਵਾਸਤੇ ਨਵਜੋਤ ਸਿੱਧੂ ਨੂੰ ਪ੍ਰਿਅੰਕਾ ਗਾਂਧੀ ਖੁਦ ਉਸ ਸਟੇਜ ਤੇ ਲੈ ਕੇ ਪਹੁੰਚਣਗੇ ਜਿੱਥੇ ਹਿੰਦੁਸਤਾਨ ਦੀਆਂ ਵੱਖ ਵੱਖ ਪਾਰਟੀਆਂ UPA ਦੇ ਨਾਲ ਸੰਬੰਧਿਤ ਰਹੀਆਂ ਨੇ, ਉਹਨਾਂ ਦੇ ਨੇਤਾ ਉੱਥੇ ਮੌਜੂਦ ਹੋਣਗੇ, ਤਾਂ ਉਹ ਜਿਹੀ ਸਥਿਤੀ ਦੇ ਵਿੱਚ ਸੁਖਵਿੰਦਰ ਜੀ ਇਹ ਬੜੀ ਵੱਡੀ ਡਿਵੈਲਪਮੈਂਟ ਜਿਹੜੀ ਆ ਨਵਜੋਤ ਸਿੱਧੂ ਦੇ ਸੰਬੰਧ ਵਿੱਚ ਹੋ ਸਕਦੀ ਆ। ਕਾਂਗਰਸ ਦੀ ਪੰਜਾਬ ਦੇ ਸੰਬੰਧ ਦੇ ਵਿੱਚ ਤਾਂ ਸੁਖਵਿੰਦਰ ਜੀ ਕੋਈ ਖਾਸ ਗੱਲ ਬਣਦੀ ਨਹੀਂ, ਕਿਉਂਕਿ ਨਵਜੋਤ ਸਿੱਧੂ ਤਾਂ ਇੱਥੇ ਮਜ਼ਬੂਤ ਨੇਤਾ ਦੇ ਰੂਪ 'ਚ ਹੈ ਹੀ ਹੈ। ਜੇਲ੍ਹ ਦੇ ਵਿੱਚ ਰਹਿ ਕੇ ਵੀ ਉਸਨੇ ਆਪਣੀ ਉਸ ਸਥਿਤੀ ਨੂੰ ਮਜ਼ਬੂਤੀ ਨੂੰ ਹੋਰ ਬਹਾਲ ਕੀਤਾ ਜਿਹੜੀ ਪਹਿਲਾਂ ਸੀ, ਤਾਂ ਉਹ ਜਿਹੀ ਸਥਿਤੀ ਦੇ ਵਿੱਚ ਸੁਖਵਿੰਦਰ ਜੀ ਇਹ ਜਿਹੜੀਆਂ ਮਹੱਤਵਪੂਰਨ ਜਿਹੜੀਆਂ ਡਿਵੈਲਪਮੈਂਟਸ ਨੇ ਇਹ ਸਾਨੂੰ ਵੇਖਣ ਨੂੰ 30 ਜਨਵਰੀ ਨੂੰ ਜ਼ਰੂਰ ਵੇਖਣ ਨੂੰ ਮਿਲਣਗੀਆਂ। ਹੁਣ ਨਜ਼ਰ ਜਿਹੜੀ ਆ ਤੁਸੀਂ 26 ਜਨਵਰੀ 'ਤੇ ਨਾ ਰੱਖੀ, 26 ਜਨਵਰੀ ਤਾਂ ਇੱਕ ਟੇਲਰ ਹੋਏਗਾ, ਟੇਲਰ ਤੋਂ ਕਹਿਣ ਤੋਂ ਭਾਵ ਕਿ ਕੇਂਦਰ ਦੀ ਜਿਹੜੀ ਹਾਈਕਮਾਂਡ ਉਹਦੇ ਵਿੱਚੋਂ ਕੋਈ 1-2 ਬੰਦੇ ਵੀ ਜੇਕਰ ਉੱਥੇ ਸ਼ਾਮਿਲ ਹੁੰਦੇ ਆ ਤਾਂ ਭਾਵ ਉਹ ਕੇਂਦਰ ਦੀ ਹਾਈਕਮਾਂਡ ਦੇ ਕਹਿਣ 'ਤੇ ਹੀ ਉੱਥੇ ਪਹੁੰਚੇ ਹੋਣਗੇ, ਤਾਂ ਫਿਰ ਸੁਖਵਿੰਦਰ ਜੀ ਉਹ ਬੰਦੇ ਜਿਹੜੇ ਰਾਜਾ ਵੜਿੰਗ ਜਾਂ ਕੈਪਟਨ ਸੁਖਜਿੰਦਰ ਸਿੰਘ ਰੰਧਾਵਾ ਜਾਂ ਉਹ ਬੰਦੇ ਜਿਹੜੇ ਹੋਰ ਵਿਰੋਧ ਕਰਦੇ ਰਹੇ ਆ, ਉਹਨਾਂ ਦੀ ਫਿਰ ਹਾਲਾਤ ਕੀ ਹੋਣਗੇ, ਇਹਦਾ ਅੰਦਾਜ਼ਾ ਫਿਰ 26 ਜਨਵਰੀ ਨੂੰ 12 ਵਜੇ ਜ਼ਰੂਰ ਲੱਗ ਜਾਏਗਾ ਜਦੋਂ ਉਹਨਾਂ ਦੀ ਰਿਹਾਈ ਹੋਵੇਗੀ। ਜੀ ਬਿਲਕੁਲ ਬਿਲਕੁਲ, ਇੱਕ ਗੱਲ ਪੱਕੀ ਹੈ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਬਾਹਰਲੇ ਵਿਰੋਧੀ ਹੈ ਉਹ ਇਸ ਗੱਲ ਤੋਂ ਪਰੇਸ਼ਾਨ ਜ਼ਰੂਰ ਹੋਣਗੇ ਕਿ ਅਸੀਂ ਬਾਹਰ ਰਹਿ ਕੇ ਵੀ ਉਹਨਾਂ ਸੁਰੱਖਿਆ ਦੇ ਵਿੱਚ ਨਹੀਂ, ਜਿੰਨਾ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਜੇਲ੍ਹ ਦੇ ਅੰਦਰ ਹੀ ਬੈਠਾ ਤਾਕਤਵਰ ਹੋ ਗਿਆ, ਜਾਂ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਅੰਦਰ ਹੀ ਬੈਠਾ ਜਿਹੜਾ ਉਹ ਲੋਕਾਂ ਦੀਆਂ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ। ਸ਼ਾਇਦ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਜੇਲ੍ਹ ਦੇ ਵਿੱਚ ਬੈਠ ਕੇ ਨਵਜੋਤ ਸਿੰਘ ਸਿੱਧੂ ਇੰਨੇ ਤਾਕਤਵਰ ਹੋ ਜਾਣਗੇ, ਜਾਂ ਜੇਲ੍ਹ ਦੇ ਵਿੱਚ ਬੈਠੇ ਹੀ ਨਵਜੋਤ ਸਿੰਘ ਸਿੱਧੂ ਇੰਨਾ ਵੱਡਾ ਧੜਾ ਜਿਹੜਾ ਆਪਣੇ ਨਾਲ ਜੋੜ ਲੈਣਗੇ। ਤਾਂ ਅਗਲੀ ਖ਼ਬਰ ਆਣ ਕੇ ਸਾਹਿਬ ਆਪਾਂ ਲੈ ਲੈਂਦੇ ਹਾਂ। ਜੰਮੂ ਦੇ ਵਿੱਚ ਕਹਿੰਦੇ ਯਾਤਰਾ ਜਾਣ ਤੋਂ ਪਹਿਲਾਂ ਹੀ ਬੰਬ ਧਮਾਕੇ ਹੋ ਗਿਆ, 9 ਕਹਿੰਦੇ ਜ਼ਖਮੀ ਹੋ ਗਏ ਆ। ਤਾਂ ਕਿਵੇਂ ਦੇਖਦੇ ਹੋ ਇਹ ਪੂਰੀ ਘਟਨਾ ਨੂੰ, ਔਰ ਘਟਨਾ ਕੀ ਹੈ, ਔਰ ਰਾਹੁਲ ਗਾਂਧੀ ਦੀ ਯਾਤਰਾ ਤੇ ਇਹਦਾ ਜਿਹੜਾ ਕੀ ਅਸਰ ਪੈਣਾ? ਦੇਖੋ ਸੁਖਵਿੰਦਰ ਜੀ, ਜੰਮੂ ਕਸ਼ਮੀਰ ਜਿਹੜਾ ਇੱਕ ਅਸੀਂ ਕਹਿ ਸਕਦੇ ਕਿ ਗੜਬੜ ਵਾਲਾ ਹੁਣ ਯੂਨਿਟਰੀ ਟੈਰੀਟਰੀ ਹੈਗੀ ਹੈ। ਹਾਲਾਂਕਿ DGP ਸਾਹਿਬ ਜਿਹੜੇ ਦਲਬਾਗ ਸਿੰਘ ਨੇ, ਉਹਨਾਂ ਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਰਾਹੁਲ ਗਾਂਧੀ ਦੀ ਯਾਤਰਾ ਦੇ ਸੰਬੰਧ ਵਿੱਚ ਕੋਈ ਵੀ ਅਜਿਹਾ ਅੱਤਵਾਦੀ ਖਤਰਾ ਨਹੀਂ ਹੋ ਸਕਦਾ ਜਾਂ ਕੋਈ ਵੀ ਅਜਿਹੀ ਗੱਲ ਜਿਹੜੀ ਨਹੀਂ ਹੈਗੀ। ਪਰ ਇਸ ਦੇ ਬਾਵਜੂਦ ਰਾਹੁਲ ਗਾਂਧੀ ਦੀ ਜਦੋਂ ਜੰਮੂ ਕਸ਼ਮੀਰ 'ਚ ਯਾਤਰਾ ਸ਼ੁਰੂ ਹੁੰਦੀ ਹੈ ਤਾਂ ਉਹ ਪੈਦਲ ਨਹੀਂ ਚੱਲਦੇ, ਉਹ ਗੱਡੀ ਦੇ ਵਿੱਚ ਸਵਾਰ ਹੋ ਕੇ ਚੱਲਦੇ ਆ। ਇੱਕ ਤਾਂ ਇਹੋ ਸੀ, ਹਾਲਾਂਕਿ ਜੰਮੂ ਕਸ਼ਮੀਰ ਦੀ ਐਡਮਿਨਿਸਟ੍ਰੇਸ਼ਨ ਨੇ ਇਹ ਗੱਲ ਦਾ ਦਾਅਵਾ ਕੀਤਾ, ਹੁਣ ਵੀ ਕੀਤਾ ਕਿ ਇਹ ਕੋਈ ਅੱਤਵਾਦੀ ਘਟਨਾ ਜਿਹੜੀ ਆ ਨਹੀਂ ਹੈਗੀ ਜਾਂ ਯਾਤਰਾ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈਗਾ। ਪਰ ਫਿਰ ਵੀ ਪੁਲਿਸ ਨੇ ਖਦਸ਼ਾ ਜਿਹੜਾ ਪ੍ਰਗਟ ਕੀਤਾ ਕਿ ਜਿਹੜੀ IED ਦਾ ਜਿਹੜਾ ਪ੍ਰਯੋਗ ਆ ਇਸ ਧਮਾਕਿਆਂ ਦੇ ਵਿੱਚ, 2 ਬੰਬ ਧਮਾਕੇ ਜਿਹੜੇ ਆ ਉਹ ਕੀਤੇ ਗਏ ਨੇ ਤੇ ਉਹਨਾਂ ਦਾ ਜਿਹੜਾ ਪ੍ਰਯੋਗ ਹੋਇਆ। ਤੇ ਜਿਹੜੀ IED ਹੁੰਦੀ ਆ ਸੁਖਿੰਦਰ ਜੀ, ਕੁਦਰਤੀ ਤੌਰ, ਜੇ ਮੈਂ ਗਲਤ ਨਾਂ ਨਾ ਲੈ ਰਿਹਾ ਹਾਂ, ਤਾਂ ਕੁਦਰਤੀ ਤੌਰ ਤੇ ਅੱਤਵਾਦੀਆਂ ਵੱਲੋਂ ਹੀ ਇਹ ਵਰਤੇ ਜਾਂਦੇ ਰੂਪ ਆ ਬੰਬ ਧਮਾਕਿਆਂ 'ਚ, ਇਸ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਰਹੀ ਆ। ਹੁਣ ਇੱਕ ਪਾਸੇ ਤਾਂ ਰਾਹੁਲ ਗਾਂਧੀ ਦੀ ਯਾਤਰਾ ਜੰਮੂ ਕਸ਼ਮੀਰ 'ਚ ਪ੍ਰਵੇਸ਼ ਕਰ ਚੁੱਕੀ JNK 'ਚ, ਦੂਜੇ ਪਾਸੇ ਐਨ ਉਸ ਮੌਕੇ ਤੇ ਧਮਾਕਾ ਹੋਣਾ ਤੇ ਇਸ ਦੇ ਵਿੱਚ 9 ਵਿਅਕਤੀਆਂ ਦਾ ਜ਼ਖਮੀ ਹੋ ਜਾਣਾ, ਹਾਲਾਂਕਿ ਯਾਤਰਾ ਨਾਲ ਇਸਦਾ ਕੋਈ ਸੰਬੰਧ ਨਹੀਂ, ਪਰ ਫਿਰ ਵੀ ਜਿਸ ਤਰੀਕੇ ਨਾਲ ਐਨ ਉਸ ਮੌਕੇ ਤੇ ਗੱਲ ਹੋਈ ਆ, ਤਾਂ ਕੁਦਰਤੀ ਤੌਰ ਤੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਅੱਤਵਾਦੀ ਜਿਹੜੀਆਂ ਪਾਕ ਬੈਠੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਇਸ ਯਾਤਰਾ ਨੂੰ ਡਿਸਟਰਬ ਕਰਨ ਦੇ ਮੂਡ ਦੇ ਵਿੱਚ ਹਨ। ਇਸ ਨੂੰ ਲੋਕਲ ਰਾਜਨੀਤੀ ਦੇ ਪੱਧਰ ਦੇ ਵਿੱਚ ਦੇ ਸੰਬੰਧ ਦੇ ਵਿੱਚ ਵੀ ਵੇਖਿਆ ਜਾ ਸਕਦਾ, ਜਾਂ ਕੁਝ ਲੋਕ ਇਹੋ ਜਿਹੀ ਗੱਲ ਕਰਦੇ ਆ ਕਿ ਇਹ ਇਸ ਤਰ੍ਹਾਂ ਹੋ ਸਕਦਾ ਕਿ ਕਿ ਵਿਰੋਧੀਆਂ ਦੀ ਚਾਲ ਹੋਵੇ ਜਾਂ ਕੁਝ ਵੀ ਹੋਵੇ। ਪਰ ਜੰਮੂ ਕਸ਼ਮੀਰ ਕਿਉਂਕਿ ਬੀਤੇ ਦੌਰ ਦੇ ਵਿੱਚ ਇੱਕ ਡਿਸਟਰਬ ਸਟੇਟ ਜਿਹੜੀ ਰਿਹਾ ਆ, ਉੱਥੇ ਇਹੋ ਜਿਹੇ ਬੰਬ ਧਮਾਕੇ ਜਿਹੜੇ ਨੇ ਹੁੰਦੇ ਰਹੇ ਨੇ, ਪਰ ਜੰਮੂ ਦੇ ਵਿੱਚ ਇਹੋ ਜਿਹੜਾ ਬੰਬ ਧਮਾਕਾ ਬਹੁਤ ਚਿਰ ਬਾਅਦ ਦੇ ਵਿੱਚ ਹੋਇਆ, ਤੇ ਉਹ ਵੀ ਉਦੋਂ ਜਦੋਂ ਇਹ ਕੌਮੀ ਪੱਧਰ ਦਾ ਨੇਤਾ ਜਿਹੜਾ ਆ ਉਹ ਉਸ ਰਾਜ ਦੇ ਵਿੱਚ ਜਾ ਕੇ ਪ੍ਰਵੇਸ਼ ਜਿਹੜਾ ਕਰ ਰਿਹਾ ਹੋਵੇ। ਹਾਲਾਂਕਿ ਕਾਂਗਰਸ ਹਾਈਕਮਾਨ ਨੇ ਇਹ ਗੱਲ ਕਹੀ ਆ ਕਿ ਯਾਤਰਾ ਜਿਹੜੀ ਆ ਉਹ ਰੁਕੇਗੀ ਨਹੀਂ, ਯਾਤਰਾ ਬਿਲਕੁਲ ਨਿਰਵਘਨ ਚੱਲਦੀ ਰਹੇਗੀ ਤੇ ਆਪਣੇ ਅੰਤਮ ਪੜਾਅ ਦੇ ਉੱਤੇ ਪਹੁੰਚ ਕੇ ਹੀ ਇਹ ਸਮਾਪਤ ਜਿਹੜੀ ਹੋਵੇਗੀ। ਹੁਣ ਇਹ ਵੇਖਣਾ ਹੋਵੇਗਾ ਕਿ ਹੁਣ ਜਿਹੜੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਜਾਂ ਪੁਲਿਸ ਪ੍ਰਸ਼ਾਸਨ ਇਸ ਦੇ ਸੰਬੰਧੀ ਕਿਹੋ ਜਿਹੀ ਗੰਭੀਰਤਾ ਨਾਲ ਲੈ ਕੇ ਹੋਰ ਜਿਹੜੇ ਕਦਮ ਜਿਹੜੇ ਉਠਾਉਂਦਾ ਹੈਗਾ। ਮੈਨੂੰ ਇਹ ਤਾਂ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਯਾਤਰਾ ਪੰਜਾਬ 'ਚ ਪ੍ਰਵੇਸ਼ ਕਰਦੇ ਸੀ ਔਰ ਦੂਜੇ ਪਾਸੇ ਜੰਮੂ ਕਸ਼ਮੀਰ 'ਚ ਜਾਣ ਦਾ ਫਿਰੋਜ਼, ਤੇ ਉਸ ਵੇਲੇ ਕੇ ਵੀਨੂੰ ਪ੍ਰਸ਼ਾਦ ਨੇ ਚਿੱਠੀ ਲੈ ਕੇ ਅਮਿਤ ਸ਼ਾਹ ਹੁਣਾਂ ਕੋਲ ਮੰਗ ਕੀਤੀ ਸੀ ਕਿ ਸਕਿਉਰਿਟੀ ਜਿਹੜੀ ਆ ਉਹ ਟਾਈਟ ਕਰ ਦਿੱਤੀ ਜਾਵੇ, ਕਿਉਂਕਿ ਇਹ ਡਿਸਟਰਬ
ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹਾਂ ਭਈ ਯਾਤਰਾ ਤੁਸੀਂ ਡ੍ਰੌਪ ਕਰ ਦਿਓ, ਬੜਾ ਕੁਝ ਉਹਨਾਂ ਦਿਨ 'ਚ ਕਰੋਨੀ ਦੀ ਵੀ ਗੱਲ ਹੋਈ, ਤਾਂ ਸ਼ਾਇਦ ਇਸ ਮੁੱਦੇ ਤੇ ਸੁਖਵਿੰਦਰ ਜੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੱਕ ਦੇ ਦਿਨ 'ਚ ਕੋਈ ਰਾਜਨੀਤਿਕ ਬਿਆਨ ਵੀ ਆ ਸਕਦਾ ਹੈਗਾ। ਪਰ ਫਿਰ ਵੀ ਇੱਕ ਚੰਗੀ ਗੱਲ ਇਹ ਹੈ ਕਿ ਇਸ ਯਾਤਰਾ ਜਿਹੜੀ ਆ ਬਿਲਕੁਲ ਉਸ ਤਰੀਕੇ ਨਾਲ ਚੱਲ ਰਹੀ ਆ। ਆਉਂਦੇ ਦਿਨਾਂ 'ਚ ਅਸੀਂ ਇਹੋ ਹੀ ਗੱਲ ਕਰਾਂਗੇ ਕਿ ਇਹ ਯਾਤਰਾ ਸੁੱਖ ਸਾਂਦ ਨਾਲ ਹੋਰ ਕੋਈ ਸਮੱਸਿਆ ਦੇ ਵਿੱਚ ਨਾ ਪੈਂਦੀ ਹੋਵੇ ਆਪਣੇ ਅੰਤਮ ਪੜਾਅ ਤੇ ਪਹੁੰਚੇ। ਜੀ ਬਿਲਕੁਲ ਬਿਲਕੁਲ। ਚਲੋ ਅਗਲੀ ਖਬਰ ਅਣਕੀ ਸਾਹਿਬ ਆਪਾਂ ਲੈ ਲੈਂਦੇ ਹਾਂ। ਅਗਲੀ ਖਬਰ ਜਿਹੜੀ ਬੜੀ ਅਹਿਮ ਹੈ, ਰਾਮ ਰਹੀਮ ਦੀ ਜਿਹੜੀ ਪੈਰੋਲ ਹੋਣ ਤੋਂ ਬਾਅਦ ਸਿਆਸਤ ਵੀ ਗਰਮਾਈ ਹੈ, ਆਮ ਮਾਹੌਲ ਵੀ ਜਿਹੜਾ ਗਰਮਾਇਆ ਹੋਇਆ, ਜਿੱਥੇ ਰਾਮ ਰਹੀਮ ਦੀ ਰਿਹਾਈ ਤੋਂ ਬਾਅਦ ਪੈਰੋਲ ਉੱਤੇ ਆਉਣ ਤੋਂ ਬਾਅਦ ਜਥੇਬੰਦੀਆਂ ਜਿਹੜੀਆਂ ਰੌਲਾ ਪਾ ਰਹੀਆਂ ਸਰਕਾਰ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਹੈ, ਤਾਂ ਉੱਥੇ ਜਿਹੜੀ ਹੈ ਸਰਕਾਰ ਆਪਣਾ ਤਰਕ ਦੇ ਰਹੀ ਹੈ ਕਿ ਉੱਥੋਂ ਦੇ ਜੇਲ੍ਹ ਮੰਤਰੀ ਜਿਹੜੇ ਹਰਿਆਣੇ ਦੇ ਕਹਿੰਦੇ ਕਿ ਭਾਈ ਅਸੀਂ ਜਿਹੜਾ ਸਾਲ ਦੇ ਵਿੱਚ 2 ਵਾਰੀ ਪੈਰੋਲ ਜਿਹੜਾ ਕੋਈ ਵੀ ਬੰਦਾ ਲੈ ਸਕਦਾ, ਇਸ ਲਈ ਪਿਛਲੇ ਸਾਲ ਵੀ ਦਿੱਤੀ ਹੈ ਔਰ ਇਸ ਸਾਲ ਦੇ ਵਿੱਚ ਉਹਨਾਂ ਦੀ ਪਹਿਲੀ ਪੈਰੋਲ ਹੈ। ਔਰ ਉਧਰੋਂ ਰਾਮ ਰਹੀਮ ਨੇ ਕਹਿੰਦੇ ਮੰਗ ਕਰਤੀ ਹੈ, ਰਾਮ ਰਹੀਮ ਕਹਿੰਦਾ ਕਿ ਜਿਹੜਾ ਮੇਰਾ ਕੇਸ ਆ ਬੇਅਦਬੀਆਂ ਵਾਲਾ ਉਹ ਕਹਿੰਦਾ ਪੰਜਾਬ ਤੋਂ ਬਾਹਰ ਲਾਇਆ ਜਾਵੇ। ਕਿਵੇਂ ਦੇਖਦੇ ਹੋ ਅਜਿਹੀ ਸਥਿਤੀ ਦੇ ਵਿੱਚ ਇਨਸਾਫ਼ ਜਿਹੜਾ ਕਿਵੇਂ ਮਿਲੇਗਾ? ਸੁਖਵਿੰਦਰ ਜੀ, ਜਦੋਂ ਮੈਂ ਹਰਿਆਣਾ ਸਟੇਟ ਵੇਖਦਾ, ਪੰਜਾਬ ਦੀਆਂ ਮਾਫ਼ ਕਰਦਾ ਭਾਰਤ ਦੀਆਂ 28 ਸਟੇਟਸ ਨੇ ਜੇ ਮੈਂ ਗਲਤ ਨਾ ਹੋਵਾਂ, ਤੇ ਜਦੋਂ ਮੈਂ ਹਰਿਆਣਾ ਸਟੇਟ ਵੇਖਦਾ ਤਾਂ ਵਾਕਈ ਹਰਿਆਣਾ ਸਟੇਟ ਨੂੰ ਮਤਲਬ ਨਤਮਸਤਕ ਹੋਣ ਨੂੰ ਦਿਲ ਕਰਦਾ, ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨੂੰ, ਉੱਥੋਂ ਦੇ ਮੁੱਖ ਮੰਤਰੀ ਸਾਹਿਬ ਨੂੰ, ਉੱਥੋਂ ਦੇ ਜੇਲ੍ਹ ਮੰਤਰੀ ਸਾਹਿਬ ਨੂੰ ਕਿ ਦੇਖੋ ਉੱਥੇ ਭਾਰਤੀ ਨਿਆਂ ਪ੍ਰਣਾਲੀ ਦਾ ਕਿੰਨਾ ਸਤਿਕਾਰ ਕੀਤਾ ਜਾ ਰਿਹਾ। ਇਸ ਤਰ੍ਹਾਂ ਲੱਗਦਾ ਕਿ ਇਹੋ ਜਿਹਾ ਰਾਮ ਰਾਜ ਕਦੇ ਅਯੁੱਧਿਆ ਦੇ ਵਿੱਚ ਵੀ ਨਹੀਂ ਸੀ, ਜਿਹੋ ਜਿਹਾ ਰਾਮ ਰਾਜ ਜਿਹੜਾ ਇਸ ਵੇਲੇ ਹਰਿਆਣੇ ਦੇ ਵਿੱਚ ਸੁਖਵਿੰਦਰ ਜੀ ਚੱਲਦਾ ਪਿਆ। ਕੈਦੀ ਜਿਹੜਾ ਕੋਈ ਵੀ ਉਹ ਮਤਲਬ ਹੋਵੇ ਪੈਰੋਲ, ਉਸਨੂੰ 2 ਵਾਰੀ ਦਿੱਤੀ ਜਾ ਸਕਦੀ ਹੈ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਇਸ ਸੰਬੰਧ ਦੇ ਵਿੱਚ ਕਦੇ ਕੋਈ ਦਖਲ ਅੰਦਾਜ਼ੀ ਕੀਤੀ ਨਹੀਂ। ਇਹ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਖਣਾ ਹੁੰਦਾ ਕਿ ਕਿਸ ਕੈਦੀ ਨੂੰ ਉਹਨਾਂ ਨੇ ਨਹੀਂ ਰਿਹਾਅ ਕਰਨਾ ਪੈਰੋਲ ਮੰਦੀ। ਕਾਨੂੰਨ ਦੇ ਅਨੁਸਾਰ, ਕਾਨੂੰਨ ਦਾ ਜਿਹੜਾ ਰਾਜ ਆ ਉਹ ਸੁਖਵਿੰਦਰ ਜੀ ਹਰਿਆਣੇ ਦੇ ਵਿੱਚ ਵੇਖਣ ਨੂੰ ਮਿਲਿਆ ਪਹਿਲੀ ਵਾਰੀ। ਔਰ ਕਮਾਲ ਆ, ਇਹੋ ਜਿਹਾ ਰਾਜ ਕਦੇ ਵੀ ਮੇਰਾ ਨਹੀਂ ਖਿਆਲ ਪੰਜਾਬ ਦੇ ਵਿੱਚ ਜਾਂ ਜੰਮੂ ਕਸ਼ਮੀਰ ਜਾਂ ਯੂਪੀ ਦੇ ਵਿੱਚ ਕਿਤੇ ਵੀ ਨਹੀਂ ਹੈਗਾ। ਉੱਥੇ ਇਸ ਤਰ੍ਹਾਂ ਲੱਗਦਾ ਕਿ ਜੰਗਲ ਰਾਜ ਹੈਗਾ, ਕਿਉਂਕਿ ਉੱਥੇ ਬਲਡੋਜ਼ਰ ਚੱਲ ਜਾਂਦੇ ਨੇ ਯੂਪੀ ਦੇ ਵਿੱਚ। ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਬਹੁਤ ਇਹੋ ਜਿਹਾ ਕਰਦੀ ਆ। ਪਰ ਜੇ ਵਾਕਈ ਸੱਚੇ ਸੁੱਚੇ ਇਨਸਾਫ਼ ਪਸੰਦ ਲੋਕ ਨੇ, ਕੈਦੀਆਂ ਦੀਆਂ ਮਾਨਵਤਾ ਦੀਆਂ ਹਰ ਕਦਰਾਂ ਕੀਮਤਾਂ ਨੂੰ ਕਦਰ ਕਰਨ ਵਾਲੇ, ਤਾਂ ਸੁਖਵਿੰਦਰ ਜੀ ਮੇਰਾ ਖਿਆਲ ਉਹ ਹਰਿਆਣਾ ਸਰਕਾਰ ਮਨੋਹਰ ਲਾਲ ਖੱਟਰ ਦੀ ਸ਼ਲਾਘਾ ਕਰਨੀ ਚਾਹੀਦੀ, ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਆ। ਉਹ ਕਹਿੰਦੇ ਜੀ ਮੈਨੂੰ ਤਾਂ ਨੋਟਿਸ ਹੀ ਨਹੀਂ ਆਇਆ। ਸੁਖਵਿੰਦਰ ਜੀ ਕਮਾਲ ਆ, ਰਾਮ ਰਾਜ ਵਾਕਿਆ ਹੀ ਭਾਰਤੀ ਜਨਤਾ ਪਾਰਟੀ ਦਾ ਜੇ ਹੋਵੇ ਤੇ ਹਰਿਆਣੇ ਵਰਗਾ ਹੋਣਾ ਚਾਹੀਦਾ ਕਿ ਜਿੱਥੇ ਕੈਦੀ ਹਰ ਕੈਦੀ ਨੂੰ ਅਧਿਕਾਰ ਆ। ਪਰ ਸ਼ਰਮ ਆ, ਲਾਹਣ ਤੇ ਆ ਸੁਖਵਿੰਦਰ ਜੀ ਦੂਜੇ ਪਾਸੇ ਇਹਨਾਂ ਉੱਤੇ, ਇਹਨਾਂ ਨੇਤਾਵਾਂ ਉੱਤੇ, ਕਿ ਵੋਟਾਂ ਦੀ ਰਾਜਨੀਤੀ ਕਰਕੇ ਉਸ ਬੰਦੇ ਨੂੰ ਜਿਹਦੇ ਉੱਤੇ ਉਮਰ ਕੈਦ ਨੂੰ ਮਿਲੀ ਹੋਵੇ ਉਹ ਜੇਲ੍ਹ 'ਚ ਜਾਂਦਾ, ਜਿਹੜੀ ਅਸਲ ਸਨਾਰੀਆ ਜੇਲ੍ਹ 'ਚ ਇੱਦਾਂ ਜਾਂਦਾ ਜਿਵੇਂ ਬੰਦਾ ਸਹੁਰੇ ਜਾਂਦਾ, 2-3 ਦਿਨ ਰਿਹਾ ਫਿਰ ਆ ਗਿਆ ਬਾਹਰ। ਤੇ ਇਹਦੇ ਵਿੱਚ ਸੁਖਵਿੰਦਰ ਜੀ ਲਾਹਣ ਤੇ ਆ। ਮੈਂ ਤਾਂ ਇਹੋ ਹੀ ਕਹੂੰਗਾ ਕਿ ਜਿੰਨੀ ਵੀ ਬੇਸ਼ਰਮੀ ਦੀਆਂ ਜਿੰਨੀਆਂ ਹੱਦਾਂ ਨੇ ਹਰਿਆਣਾ ਸਰਕਾਰ ਨੇ ਪਾਰ ਕਰਦੀਆਂ, ਮੇਰਾ ਨਹੀਂ ਖਿਆਲ ਕਿ ਇਤਿਹਾਸ ਦੇ ਵਿੱਚ ਕਦੀ ਇੱਦਾਂ ਹੋਇਆ ਹੋਵੇ। ਕੀ ਇਸ ਤਰ੍ਹਾਂ ਸੰਬੰਧੀ ਕਿਹਾ ਜਾ ਸਕਦਾ? ਉਹ ਬੰਦਾ ਕਹਿੰਦਾ ਕੋਈ ਗੱਲ ਹੀ ਨਹੀਂ, ਉਹ ਚਲਾ ਗਿਆ ਉੱਥੇ ਤੇ ਉਸਦੇ ਹੌਸਲੇ ਰਾਮ ਰਹੀਮ ਦੇ ਹੋਰ ਏਡੇ ਬੁਲੰਦ ਹੋ ਗਏ ਨੇ ਕਿ ਫਰੀਦਕੋਟ ਕੋਰਟ ਦੇ ਵਿੱਚ ਜਿਹੜਾ ਬੇਅਦਬੀਆਂ ਦੇ ਸੰਬੰਧੀ ਕੇਸ ਚੱਲਦਾ ਪਿਆ, ਕੱਲ੍ਹ ਉੱਥੇ ਸੁਣਵਾਈ ਹੋਣੀ ਸੀ, ਉੱਥੇ ਕੋਈ ਬੰਦਾ ਵੀ ਨਹੀਂ ਉਹਨਾਂ ਦਾ ਪਹੁੰਚਿਆ, ਤੇ ਉਲਟਾ ਉਹਨਾਂ ਨੇ ਸੁਪਰੀਮ ਕੋਰਟ 'ਚ ਅਰਜੀ ਦਾਇਰ ਕਰ ਦਿੱਤੀ ਆ ਕਿ ਬੇਅਦਬੀ ਕੇਸਾਂ ਦੀ ਜਿਹੜੀ ਜਾਂਚ ਆ ਸੁਖਵਿੰਦਰ ਜੀ ਉਹ ਪੰਜਾਬ ਤੋਂ ਬਾਹਰ ਕੀਤੀ ਜਾਵੇ, ਕਿਉਂਕਿ ਇੱਥੇ ਜੇਲ੍ਹ ਦੇ ਵਿੱਚ ਬੰਦ ਮਹਿੰਦਰਪਾਲ ਦਾ ਕਤਲ, ਮਹਿੰਦਰਪਾਲ ਬਿੱਟੂ ਦਾ ਕਤਲ ਹੋ ਜਾਂਦਾ, ਪ੍ਰਦੀਪ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ, ਤਾਂ ਇਸ ਕਰਕੇ ਅਸੀਂ ਸਾਡਾ ਕੇਸ ਜਿਹੜਾ ਪੰਜਾਬ ਤੋਂ ਕਿਸੇ ਬਾਹਰ ਅਦਾਲਤ ਦੇ ਵਿੱਚ ਕੀਤਾ ਜਾਵੇ। ਤਾਂ ਮਾਨਯੋਗ ਸੁਪਰੀਮ ਕੋਰਟ ਜਿਹੜੀ ਆ ਉਹਨੇ 30 ਜਨਵਰੀ ਇਸ ਸੁਣਵਾਈ ਦੀ ਜਿਹੜੀ ਤਰੀਕ ਮਿੱਥੀ ਆ। ਸੁਖਵਿੰਦਰ ਜੀ ਇਹ ਹੋ ਕੀ ਰਿਹਾ? ਹੁਣ ਕੱਲ੍ਹ ਸਬਜੀ ਆਪਣੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਆਵਾਜ਼ ਉਠਾਈ ਆ। ਸੁਖਬੀਰ ਸਿੰਘ ਬਾਦਲ ਹੋਣਾਂ ਨੇ ਵੀ ਇਸ ਗੱਲ ਦੀ ਵਿਰੋਧਤਾ ਕੀਤੀ ਆ ਕਿ ਹਾਂ ਭਈ ਇਹ ਪੈਰੋਲ ਜਿਹੜੀ ਆ ਨਹੀਂ ਹੋਣੀ ਚਾਹੀਦੀ। ਤੇ ਦੂਜੇ ਪਾਸੇ ਜਿਹੜਾ ਮੁਹਾਲੀ ਦੇ ਲਾਗੇ ਪੱਕਾ ਮੋਰਚਾ ਲੱਗਾ, ਉੱਥੇ ਵੀ ਜਿਹੜੀਆਂ ਸਿੱਖ ਪੰਥਕ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਨੇ ਇਸ ਦੀ ਵਿਰੋਧਤਾ ਕਰਨ ਵਾਸਤੇ 26 ਜਨਵਰੀ ਨੂੰ ਇਨਸਾਫ਼ ਮਾਰਚ ਕੱਢਣ ਦੀ ਜਿਹੜੀ ਗੱਲ ਕੀਤੀ ਹੈ ਤੇ ਹਰਿਆਣਾ ਸਰਕਾਰ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ। ਸੁਖਵਿੰਦਰ ਜੀ ਇਹ ਤੇ ਗੱਲਾਂ ਉਹ ਨੇ ਕਿ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ, ਪਰ ਸੁਖਵਿੰਦਰ ਜੀ ਇਹ ਗੱਲ ਸੋਚਣੀ ਪਊਗੀ ਕਿ ਇਹੋ ਜਿਹਾ ਬੰਦਾ ਜਿਹਦੇ ਉੱਤੇ ਜਾ ਕੇ ਹਰਿਆਣਾ ਸਰਕਾਰ ਦੇ ਮੰਤਰੀ 51-52 ਰੁਪਏ ਦਾ ਚੱਕ ਰੱਖ ਕੇ ਮੱਥਾ ਟੇਕਦੇ ਰਹੇ ਆ, ਸੁਖਬੀਰ ਸਿੰਘ ਬਾਦਲ ਉਹਦੇ ਪੈਰਾਂ 'ਚ ਵਹਿੰਦਾ ਰਿਹਾ, ਸੁਖਬੀਰ ਸਿੰਘ ਬਾਦਲ ਤੇ ਵੱਡੇ ਬਾਦਲ ਸਾਹਿਬ ਨੇ ਮਾਫ਼ੀ ਦਿੱਤੀ, ਹੁਣ ਉਸ ਜੀ ਤਾਂ ਹੁਣ ਉਸ ਬੰਦੇ ਦੀ ਵਿਰੋਧਤਾ ਕਰਦੇ ਪਏ ਆ। ਸੁਖਵਿੰਦਰ ਜੀ ਪਹਿਲਾਂ ਆਪ ਹੀ ਇਹਨਾਂ ਨੇ ਉਹਨੂੰ ਇੰਨਾ ਤਾਂ ਚੁੱਕ ਲਿਆ, ਸੁਖਬੀਰ ਸਿੰਘ ਬਾਦਲ ਨੇ ਇਸ ਬਾਬੇ ਨੂੰ
रिहा करने वास्ते अपनी सरकार की कुरबानी देती, सब कुछ खत्म करता, कुरबानी वाकई कुरबानी दी कि बाबे नूं कुछ ना होवे। तां हुण बाबे दा विरोध किस लिए, बाबे नूं माफ़ी देने वास्ते श्रोमणी कमेटी के वलों एक एक किदे किदे इश्तिहार जिहड़े अखबारां च दित्ते गए, श्रोमणी अकाली दल ने अपना बिड़ा गर्क कर लिया, पर हुण सुखबीर सिंह बादल नूं आया कि नहीं भी ये गल गलत हैगी है। सुखविंदर जी, ये वोटां की राजनीति है, वोटां की राजनीति दे विच जिस तरीके नाल कानून दीआं धज्जियां डाईआं जा रही ने, सुखविंदर जी उहदे च कोई एक पार्टी जिम्मेवार नहीं है, उहदे च जिथे मनोहर लाल खट्टर जिम्मेवार आ उत्थे सुखबीर सिंह बादल भी जिम्मेवार आ जिहदे कार्यकाल दे विच इह कुछ होया। बाकी सुखविंदर जी इहदे नाल भारतीय न्याय प्रणाली तों एक वारी विश्वास जरूर उठता नज़र जिहड़ा आउंदा। मैनूं एक फिल्म गल याद, गल लंबी हो जाणी आ, जौली LLB एक फिल्म आई सी पिछे जिहे, उहदे विच उह जिहड़ा करैक्टर आ वकील ओह कहिंदा कि कहिंदे ना कि कानून दे हत्थ बड़े लंबे होंदे, कहिंदा कि कानून दे हत्थ सवाल लंबे, कहिंदा आ बैठा सामने मुजरम फड़ो हाए नूं, पर नहीं हो सकदा। सुखविंदर जी उही गल आ कि वाकई जिहड़ियां अजिहियां चीज़ां वापरदियां ने न्याय प्रणाली तों तुहाडा विश्वास जिहड़ा ठा दिंदियां ने। हालांकि एक गल हैगी आ सुखविंदर जी, अज भी लोग ये गल कहिंदे आ जदों बंदे नूं इनसाफ नहीं मिलदा, लोग ये गल कहिंदे कि हाँ भाई तैनूं मैं कोर्ट च वेखूंगा, ते जे सुखविंदर जी कोर्टां दे हुक्मां दे बाद भी राजनीति दे विच इहो जिहे लोकां नूं बचाया जांदा ਤੇ ਫਿਰ ਲਾਣ ਦੀ ਕਹੀ ਜਾ ਸਕਦੀ ਇਹੋ ਜਿਹੇ ਦੇਸ਼ ਤੇ, ਇਹੋ ਜਿਹੇ ਰਾਜਤੰਤਰ ਦੇ ਉੱਤੇ। ਜੀ ਸੁਖਵਿੰਦਰ ਜੀ, ਉਧਰ ਆਖਰੀ ਖਬਰ ਥੋੜੀ ਸ਼ਬਦਾਂ ਚ ਲਾਉਂਗਾ। ਅਣਖੀ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਇੱਕ 24 ਮੈਂਬਰੀ ਬੋਰਡ ਜਿਹੜਾ ਉਹ ਪੰਥਕ ਬੋਰਡ ਜਿਹੜਾ ਜੇ ਆਪਾਂ ਕਹੀਏ ਉਹਨੂੰ ਨਿਯੁਕਤ ਕੀਤਾ ਹੈ, ਕਿਵੇਂ ਦੇਖਦੇ ਹੋ ਕਿ ਇਹ ਪੰਥਕ ਬੋਰਡ ਨਿਯੁਕਤ ਕਰਨ ਦੀ ਲੋੜ ਕੀ ਪੈ ਗਈ, ਕਿਉਂਕਿ ਪੂਰੇ ਦਾ ਪੂਰਾ ਕਹਿੰਦੇ ਅਕਾਲੀ ਦਲ ਹੀ ਪੰਥਕ ਸੀਗਾ, ਸਾਰੇ ਦੇ ਸਾਰੇ ਲੀਡਰ ਹੀ ਪੰਥਕ ਸੀ, ਤੇ ਹੁਣ ਇੱਕ ਵੱਖਰਾ ਪੰਥਕ ਬੋਰਡ ਕਿਉਂ ਜਾਰੀ ਕਰਨ ਦੀ ਲੋੜ ਪੈ ਗਈ, ਔਰ ਇਹਦਾ ਕਿੰਨਾ ਕੁ ਫਾਇਦਾ ਸੁਖਬੀਰ ਸਿੰਘ ਬਾਦਲ ਜਿਹੜਾ ਲੈ ਸਕਣਗੇ? ਸੁਖਵਿੰਦਰ ਜੀ, ਅਸਲ 'ਚ ਸੁਖਬੀਰ ਸਿੰਘ ਬਾਦਲ ਨਾਲ ਤਰਲੋ ਬੱਚੀ ਹੋ ਰਿਹਾ, ਤਰਲੋ ਬੱਚੀ ਇਸ ਕਰਕੇ ਹੋ ਰਿਹਾ ਕਿ ਉਹਨੂੰ ਸਮਝ ਨਹੀਂ ਲੱਗਣ ਡੇ ਕਿ ਹੋਣ ਕੀ, 27 ਅਜੇ ਬੜੀ ਦੂਰ ਆ, 24 ਦੀਆਂ ਚੋਣਾਂ 'ਚ ਕੋਈ ਪੈਰ ਨਹੀਂ ਲੱਗਣ ਡੇ, ਹੁਣ ਇਹ ਜਿਹੜਾ ਪੰਥ 24 ਮੈਂਬਰੀ ਪੰਥਕ ਸਲਾਹਕਾਰ ਬੋਰਡ ਬਣਾਇਆ, ਜੇ ਤੁਸੀਂ ਇਹਨਾਂ ਦੇ ਮੈਂਬਰਾਂ ਦੇ ਨਾਮ ਤੁਹਾਨੂੰ ਮੈਂ ਦੱਸਾਂ ਤਾਂ ਉਹੀ ਮੈਂਬਰ ਦੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਸੱਜੇ ਖੱਬੇ, ਵਿਰਸਾ ਸਿੰਘ ਮਟੂਆ, ਬਲਵਿੰਦਰ ਸਿੰਘ ਭੂੰਦਰ, ਪ੍ਰੇਮ ਸਿੰਘ ਚੰਦੂ ਬਾਜਰਾ, ਕਿਹੜੇ ਦੱਸੋ ਗੁਲਜ਼ਾਰ ਸਿੰਘ ਰਣੀ, ਜੇ ਇਹਦੇ 'ਚ ਕਿਹੜੇ ਬੰਦੇ ਪੰਥਕ ਨੇ, ਤਾਂ ਕਿਹਨਾਂ ਬੰਦਿਆਂ ਨੂੰ ਪੰਥਕ ਦੀ ਪੂਰੀ ਮੁੱਦਿਆਂ ਦੀ ਮਰਿਆਦਾ ਦੀ ਸਮਝ ਆ ਗਈ ਆ? ਸਿਰਫ ਬੋਰਡ ਜਿਸ ਤਰ੍ਹਾਂ ਕਹਿੰਦੇ ਨਾ ਕਿ ਪੁਰਾਣੀ ਸ਼ਰਾਬ ਨਵੀਆਂ ਮੋਤਾਂ ਪਾ ਕੇ, ਮਤਲਬ ਨਾ ਹੀ ਬਦਲਿਆ, ਬੰਦੇ ਉਹੀ ਨੇ, ਜਾਂ ਤੇ ਵਾਕਈ ਇਹਨੇ ਕਿਰਪਾਲ ਸਿੰਘ ਬਡੂੰਗਰ ਜੇ ਇਹੋ ਜਿਹੇ ਬੰਦੇ ਜਿਹੜੇ ਸਾਰੇ ਉਹ ਸ਼ਾਮਲ ਕਰ ਲਏ, ਕਿਰਪਾਲ ਸਿੰਘ ਬਡੂੰਗਰ ਨੂੰ ਬੀਤੇ ਲੰਬੇ ਸਮੇਂ ਤੋਂ ਖੁੱਡੇ ਲੈਣ ਲਾਇਆ, ਹੁਣ ਇਹੋ ਜਿਹਾ ਪੰਥਕ ਬੋਰਡ, ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਜੀ ਅਸੀਂ ਪੰਥਕ ਪਾਰਟੀ ਹੈ ਪੰਥਕ ਮਸਲਿਆਂ ਨੂੰ ਹੱਲ ਕਰਨ ਦਾ, ਤੇ ਦੂਜੇ ਪਾਸੇ ਇਹ ਬੜੀ ਸੋਹਣੀ ਗੱਲ ਕੀਤੀ ਫਿਰ ਤੁਹਾਨੂੰ ਇਹ ਬੋਰਡ ਸਲਾਹ ਨਿਯੁਕਤ ਕਰਨ ਦੀ ਜਾਂ ਸਿਰਜਣ ਦੀ ਲੋੜ ਕੀ ਆ? ਸੁਖਵਿੰਦਰ ਜੀ, ਇਹ ਸਿਰਫ ਤੇ ਸਿਰਫ ਅਸੀਂ ਕਹਿ ਸਕਦੇ ਹਾਂ ਸੁਖਬੀਰ ਸਿੰਘ ਬਾਦਲ ਦੀ ਉਸ ਬਕਲਾਹਟ ਨੂੰ ਪੇਸ਼ ਕਰਦਾ ਕਿ ਉਹ ਸੋਚਦਾ ਵਾ ਕਿ ਨਾ ਕਿਸੇ ਤਰੀਕੇ ਨਾਲ ਮੈਂ ਆਪਣੀ ਹੋਂਦ ਬਿਲਕੁਲ ਸਥਾਪਿਤ ਕਰ ਲਵਾਂ, ਜਲਦੀ ਤੋਂ ਜਲਦੀ ਦੁਬਾਰਾ ਵੋਟਾਂ ਪੈ ਜਾਣ, ਚੋਣਾਂ ਹੋ ਜਾਣ, ਪਰ ਸੁਖਵਿੰਦਰ ਜੀ ਉਹ ਟਾਈਮ ਦੇ ਨਾਲ ਹੀ ਹੋਣਾ, ਇਹ ਸ਼੍ਰੋਮਣੀ ਅਕਾਲੀ ਦਲ ਦਾ ਮਹਿਜ਼ ਇੱਕ ਅਸੀਂ ਕਹਿ ਸਕਦੇ ਹਾਂ ਵਰਤਾਰਾ ਜਾਂ ਝੂਠਾ ਜਿਹਾ ਪ੍ਰੋਪੇਗੰਡਾ ਹੈਗਾ ਕਿ ਵੇਖੋ ਜੀ ਅਸੀਂ ਪੰਥਕ ਮਸਲਿਆਂ ਨੂੰ ਨਜਿੱਠਣ ਵਾਸਤੇ ਇੱਕ ਵੱਖਰੀ ਪੰਥਕ ਸਲਾਹਕਾਰ ਬੋਰਡ ਬਣਾਤਾ ਜਿਹੜਾ ਪੰਥਕ ਮਸਲਿਆਂ ਦੇ ਸੰਬੰਧੀ ਮੈਨੂੰ ਸਲਾਹ ਦੇਗਾ। ਕੀ ਸੁਖਬੀਰ ਸਿੰਘ ਬਾਦਲ ਨੂੰ ਕੋਈ ਬੰਦਾ ਸਲਾਹ ਦੇ ਸਕਦਾ? ਸੁਖਬੀਰ ਸਿੰਘ ਬਾਦਲ ਇਸ ਪੰਥਕ ਸਲਾਹਕਾਰ ਬੋਰਡ ਦੀ ਸਲਾਹ ਮੰਨੇਗਾ? ਪਿੱਛੇ ਇਹ ਗੱਲ ਹੋਈ ਕਿ ਹਾਂ ਭਾਈ ਜੋ ਬੀਤੇ 'ਚ ਗਲਤੀਆਂ ਹੋ, ਕਹਿੰਦੇ ਜੀ ਹੁਣ ਤੋਂ ਜਾ ਕੇ ਇਹ ਗੱਲ ਕਹੋ ਮੰਨੋ ਕਿ ਹਾਂ ਸਾਡੇ ਕੋਲ ਇਹ ਗਲਤੀਆਂ ਹੋਈਆਂ, ਅਸੀਂ ਉਹਦੀ ਮਾਫ਼ੀ ਮੰਗਦੇ ਹਾਂ। ਕੱਲ੍ਹ ਭਗਵੰਤ ਸਿੰਘ ਮਾਨ ਇੰਨੀ ਗੱਲ ਕਹਿ ਰਹੇ, ਕਹਿੰਦੇ ਪਹਿਲਾਂ ਇਹਨਾਂ ਪੰਜਾਬ ਨੂੰ ਮਾਜ ਦਿੱਤਾ, ਹੁਣ ਜਾ ਕਦੇ ਭਾਂਡੇ ਮਾਜ ਦਿੰਦੇ, ਕਦੇ ਕੁਝ ਕਰਦੇ ਆ। ਸੁਖਵਿੰਦਰ ਜੀ ਜੋ ਮਰਜ਼ੀ ਕਰ ਲੈਣ, ਪੰਥਕ ਸਲਾਹਕਾਰ ਬੋਰਡ ਬਣਾ ਲੈਣ, ਹੋਰ ਬੋਰਡ ਬਣਾ ਲੈਣ, ਪਰ ਜਿੰਨਾ ਚਿਰ ਤੱਕ ਪੰਜਾਬ ਦੇ ਲੋਕ ਇਹਨਾਂ ਨੂੰ ਉਹਨਾਂ ਚੀਜ਼ਾਂ ਕਰਕੇ ਮਾਫ਼ ਨਹੀਂ ਕਰਦੇ, ਮੇਰਾ ਨਹੀਂ ਖਿਆਲ ਸ਼੍ਰੋਮਣੀ ਅਕਾਲੀ ਦਲ ਕਦੇ ਦੁਬਾਰਾ ਸਰਵਾਈਵ ਕਰ ਸਕੇ। ਲੋਕਾਂ ਨੇ ਅੱਜ ਵੀ ਬੇਅਦਬੀ ਦੀਆਂ ਘਟਨਾਵਾਂ ਯਾਦ ਨੇ, ਅੱਜ ਵੀ ਬਹਿਬਲ ਕਲਾਂ ਕੋਟਕਪੁਰਾ ਗੋਲੀਕਾਂਡ ਅੱਜ ਵੀ ਲੋਕਾਂ ਦੇ ਜੇਹਰਾਂ 'ਚ ਉਸੇ ਤਰੀਕੇ ਨਾਲ ਉਸਰਿਆ, ਅੱਜ ਵੀ ਲੋਕਾਂ ਨੂੰ ਪਤਾ ਕਿ ਕਿਸ ਤਰੀਕੇ ਨਾਲ ਰਾਮ ਰਹੀਮ ਨੂੰ ਮਾਫ਼ੀ ਦੇ ਦਿੱਤੀ। ਇਹ ਉਹ ਘਟਨਾਵਾਂ ਨੇ ਜਿਹੜੀਆਂ ਸੁਖਬੀਰ ਸਿੰਘ ਬਾਦਲ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ ਪੰਜਾਬ ਦੇ ਲੋਕ, ਜਿੰਨਾ ਚਿਰ ਤੱਕ ਬਾਦਲ ਪਰਿਵਾਰ ਇਸ ਚੀਜ਼ ਤੋਂ ਲਾਂਭੇ ਨਹੀਂ ਹੁੰਦਾ। ਬਾਕੀ ਜਿੰਨੇ ਮਰਜ਼ੀ ਪੰਥਕ ਸਲਾਹਕਾਰ ਬੋਰਡ ਬਣਾਈ ਜਾਣ, ਲੋਕ ਹੁਣ ਜਾਣਦੇ ਨੇ ਕਿ ਇਹ ਸਭ ਕੁਝ ਇੱਕ ਰਾਜਨੀਤੀ ਖਾਹਿਸ਼ ਨੂੰ ਪੂਰਾ ਕਰਨ ਵਾਸਤੇ, ਸੁਖਬੀਰ ਬਾਦਲ ਦੀ ਇੱਕ ਘਬਰਾਹਟ ਹੈਗੀ ਆ, ਬੁਖਲਾਹਟ ਆ, ਜਿਸ ਨੂੰ ਪੂਰਾ ਕਰਨ ਵਾਸਤੇ ਉਹ ਕਦੇ ਕੁਝ ਕਰਦਾ ਕਦੇ ਕੁਝ ਕਰਦਾ। ਅਣਖੀ ਸਾਹਿਬ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ, ਦੁਬਾਰਾ ਫਿਰ ਮਿਲਾਂਗੇ। ਧੰਨਵਾਦ।